ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟ ਇੰਡੀਆ ਤੋਂ। ਅੱਜ ਆਪਾਂ ਗੱਲ ਕਰਾਂਗੇ ਸ਼ੈਨੇਗਨ ਵੀਜ਼ਾ ਬਾਰੇ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸ਼ੈਨੇਗਨ ਕੀ ਹੈਗਾ, ਹੈ ਨਾ। ਸ਼ੈਨੇਗਨ ਦੋਸਤੋ ਇੱਕ 26 ਕੰਟਰੀਆਂ ਦਾ ਇੱਕ ਸਮੂਹ, ਇੱਕ ਟੈਰੇਟਰੀ ਹੈ ਜਿਹਦੇ ਵਿੱਚ 26 ਕੰਟਰੀਆਂ ਆਉਂਦੀਆਂ ਨੇ। ਸ਼ੈਨੇਗਨ ਵੀਜ਼ਾ ਵਰਲਡ ਦਾ ਸਭ ਤੋਂ ਪਾਵਰਫੁਲ ਵੀਜ਼ਾ, ਕਿਉਂਕਿ ਇਸ ਵੀਜ਼ੇ ਤਹਿਤ ਤੁਸੀਂ ਇੱਕ ਨਹੀਂ ਦੋ ਨਹੀਂ 26 ਕੰਟਰੀਆਂ ਘੁੰਮ ਸਕਦੇ ਹੈਗੇ ਹੋ। ਸੋ ਜੇਕਰ ਤੁਸੀਂ ਪੂਰਾ ਯੂਰਪ ਘੁੰਮਣਾ ਚਾਹੁੰਦੇ ਹੋ, ਪੂਰਾ ਸ਼ੈਨੇਗਨ ਘੁੰਮਣਾ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਵੀ ਇੱਕ ਕੰਟਰੀ ਦਾ, ਜਿਹੜੀਆਂ 26 ਕੰਟਰੀਆਂ ਨੇ, ਇਹਦੇ ਵਿੱਚ ਕਿਸੇ ਇੱਕ ਕੰਟਰੀ ਦਾ ਵੀਜ਼ਾ ਲੈ ਕੇ ਬਾਕੀ ਦੀਆਂ ਸਾਰੀਆਂ ਕੰਟਰੀਆਂ ਤੁਸੀਂ ਘੁੰਮ ਸਕਦੇ ਹੈਗੇ ਹੋ। ਇਹਦੇ ਵਿੱਚ ਜਿਹੜੀਆਂ ਮੇਨ ਕੰਟਰੀਆਂ ਕਿਹੜੀਆਂ ਨੇ ਸ਼ੈਨੇਗਨ ਦੇ ਵਿੱਚ, ਜਰਮਨ, ਇਟਲੀ, ਫਰਾਂਸ, ਸਵਿਟਜ਼ਰਲੈਂਡ, ਹੋਰ ਬਹੁਤ ਸਾਰੀਆਂ ਤੁਸੀਂ ਗੂਗਲ ਤੇ ਜਾ ਕੇ ਚੈੱਕ ਕਰ ਸਕਦੇ ਹੈਗੇ ਹੋ ਕਿ ਸ਼ੈਨੇਗਨ ਦੇ ਵਿੱਚ ਕਿਹੜੀ ਕਿਹੜੀ ਕੰਟਰੀ ਆਉਂਦੀ ਹੈਗੀ ਹੈ। ਔਰ ਸ਼ੈਨੇਗਨ ਦਾ ਵੀਜ਼ਾ ਜਿਹੜਾ ਦੋਸਤੋ ਦੂਸਰੇ ਵੀਜ਼ਾ ਨਾਲੋਂ ਥੋੜ੍ਹਾ ਈਜ਼ੀ ਹੁੰਦਾ। ਈਜ਼ੀ ਕਿਵੇਂ ਹੁੰਦਾ, ਕਿਉਂਕਿ ਜੇ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਨਿਊਜ਼ੀਲੈਂਡ ਦੀ ਗੱਲ ਕਰਦੇ ਹਾਂ, ਅਮੈਰੀਕਾ ਦੀ ਗੱਲ ਕਰਦੇ ਹਾਂ, ਤਾਂ ਸਾਨੂੰ 6 ਮਹੀਨੇ ਦੀ ਬੈਂਕ ਸਟੇਟਮੈਂਟ ਦੀ ਲੋੜ ਹੁੰਦੀ ਹੈ। ਬਟ ਸ਼ੈਨੇਗਨ ਕੰਟਰੀ ਦੇ ਵਿੱਚ ਆਪਾਂ ਨੂੰ ਸਿਰਫ 3 ਮੰਥ ਦੀ ਬੈਂਕ ਸਟੇਟਮੈਂਟ ਦੀ ਲੋੜ ਹੁੰਦੀ ਹੈ। ਔਰ ਇਹਦੇ ਵਿੱਚ ਤਾਂ ਸਿਰਫ ਤੁਸੀਂ 2 ITR ਨਾਲ ਕੰਮ ਚਲਾ ਸਕਦੇ ਹੋ ਔਰ 3 ਮਹੀਨੇ ਦੀ ਸਟੇਟਮੈਂਟ ਦੇ ਸਕਦੇ ਹੋ। ਔਰ ਇਹਦੇ ਵਿੱਚ ਜਿਹੜੇ ਫੰਡ ਨੇ ਤੁਹਾਨੂੰ, ਉਹ ਵੀ 3 ਮਹੀਨੇ ਪੁਰਾਣੇ ਜਿਹੜੇ ਉਹ ਚੱਲ ਜਾਂਦੇ ਹੈਗੇ ਨੇ। 3 ਮਹੀਨੇ ਪੁਰਾਣੇ ਫੰਡਾਂ ਨਾਲ, 3 ਮਹੀਨੇ ਦੀ ਸਟੇਟਮੈਂਟ ਨਾਲ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਜੇ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਸਾਨੂੰ ਪੇਪਰਾਂ ਦੇ ਨਾਲ ਨਾਲ ਪ੍ਰੋਪਰਟੀ ਵੈਲੂਏਸ਼ਨ ਦੀ ਲੋੜ ਪੈਂਦੀ ਹੈ। ਬਟ ਸ਼ੈਨੇਗਨ ਦੇ ਵਿੱਚ ਇੰਨੇ ਪੇਪਰ ਨਹੀਂ ਜਾਂਦੇ। ਸ਼ੈਨੇਗਨ ਦੇ ਵਿੱਚ ਸਿਰਫ ਤੁਸੀਂ ਆਪਦੀ ITR, ਬੈਂਕ ਸਟੇਟਮੈਂਟ, ਤੁਹਾਡਾ ਕੰਮ ਦਾ ਪਰੂਫ, ਜੇ ਜੋਬ ਕਰਦੇ ਹੋ ਤਾਂ ਜੁਆਇਨਿੰਗ ਲੈਟਰ ਦੇ ਦਿਓ, ਲੀਵ ਲੈਟਰ ਦੇ ਦਿਓ, ਜੇ ਬਿਜ਼ਨਸ ਕਰਦੇ ਹੈਗੇ ਹੋ ਤਾਂ ਬਿਜ਼ਨਸ ਦਾ ਪਰੂਫ, ਕਰੰਟ ਅਕਾਊਂਟ ਦੀ ਸਟੇਟਮੈਂਟ ਦੇ ਦਿਓ। ਇੰਨੇ ਪੇਪਰਾਂ ਨਾਲ ਤੁਸੀਂ ਆਪਦਾ ਸ਼ੈਨੇਗਨ ਦਾ ਵੀਜ਼ਾ ਅਪਲਾਈ ਕਰ ਸਕਦੇ। ਔਰ ਸ਼ੈਨੇਗਨ ਦਾ ਸਕਸੈਸ ਜਿਹੜਾ ਨਾ, ਕਿਸੇ ਨਾ ਕਿਸੇ ਕੰਟਰੀ ਦਾ ਵਧੀਆ ਚੱਲਦਾ ਹੁੰਦਾ। 26 ਕੰਟਰੀਆਂ ਚੋਂ ਤੁਸੀਂ ਕੋਈ ਕੰਟਰੀ ਚੁਣ ਸਕਦੇ ਹੋ ਜਿਹਦਾ ਸਕਸੈਸ ਰੇਟ ਵਧੀਆ ਹੈ। ਸਕਸੈਸ ਰੇਟ ਕਿੱਥੋਂ ਪਤਾ ਲੱਗਦਾ, ਤੁਸੀਂ ਅੱਜ ਕੱਲ੍ਹ ਸਾਰਾ ਜਿਹੜਾ ਹੈਗਾ ਇੰਟਰਨੈਟ ਦਾ ਜ਼ਮਾਨਾ, ਔਨਲਾਈਨ ਦਾ ਸਮਾਂ ਹੈਗਾ, ਤੁਸੀਂ ਗੂਗਲ 'ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਇਸ ਟਾਈਮ ਸ਼ੈਨੇਗਨ ਦੇ ਕਿਹੜੇ ਕੰਟਰੀ ਦਾ ਸਕਸੈਸ ਰੇਟ ਜਿਹੜਾ ਹੈਗਾ ਉਹ ਵਧੀਆ ਚੱਲ ਰਿਹਾ। ਸੋ ਉਸ ਮੁਤਾਬਕ ਤੁਸੀਂ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਆਪਾਂ ਹੁਣ ਪੇਪਰਾਂ ਦੀ ਗੱਲ ਕਰਾਂਗੇ ਕਿ ਸਾਨੂੰ ਕਿਹੜੇ ਕਿਹੜੇ ਪੇਪਰਾਂ ਦੀ ਜ਼ਰੂਰਤ ਪੈਂਦੀ ਹੈ ਸ਼ੈਨੇਗਨ ਵੀਜ਼ਾ ਵਾਸਤੇ। ਜਿਵੇਂ ਦੀ ਤੁਹਾਡੀ ਪ੍ਰੋਫਾਈਲ ਹੈ, ਪ੍ਰੋਫਾਈਲ ਦੇ ਮੁਤਾਬਕ ਤੁਹਾਨੂੰ ਪੇਪਰ ਚਾਹੀਦੇ ਹੁੰਦੇ ਨੇ। ਜੇ ਤੁਸੀਂ ਜੋਬ ਕਰਦੇ ਹੋ ਤਾਂ ਜੁਆਇਨਿੰਗ ਲੈਟਰ, ਲੀਵ ਲੈਟਰ, ਤੁਹਾਡੀ ਜਿਹੜੀ ਸੈਲਰੀ ਹੈ ਅਕਾਊਂਟ 'ਚ ਆਉਂਦੀ ਹੋਵੇ, 3 ਲੱਖ ਦਾ ਬੈਲੈਂਸ ਹੋਵੇ ਤੁਹਾਡਾ, ਔਰ 3 ਮਹੀਨੇ ਪੁਰਾਣੀ ਸਟੇਟਮੈਂਟ ਹੋਵੇ, 3 ਮਹੀਨੇ ਪੁਰਾਣਾ ਫੰਡ ਹੋਵੇ, ਤੁਹਾਡੇ ਪਾਸਪੋਰਟ ਦੀ ਕਾਪੀ। ਔਰ ਜੇ ਤੁਸੀਂ ਖੇਤੀਬਾੜੀ ਕਰਦੇ ਹੋ, ਰਿਟਰਨ ਨਹੀਂ ਭਰਦੇ, ਤਾਂ ਜੇ ਫਾਰਮ ਦੇ ਸਕਦੇ ਹੋ। ਜੇ ਫਾਰਮਾਂ ਦੀ ਅਮਾਊਂਟ ਤੁਹਾਡੇ ਅਕਾਊਂਟ 'ਚ ਆਉਣੀ ਚਾਹੀਦੀ ਹੈ, ਬੈਂਕ ਬੈਲੈਂਸ, ਪਾਸਪੋਰਟ ਦੀ ਕਾਪੀ। ਜੇ ਬਿਜ਼ਨਸ ਕਰਦੇ ਹੋ ਤਾਂ ਤੁਹਾਡੇ ਬਿਜ਼ਨਸ ਦਾ ਪਰੂਫ, ਤੁਹਾਡੇ ਕਰੰਟ ਅਕਾਊਂਟ ਦੀ ਸਟੇਟਮੈਂਟ, ਤੁਹਾਡੀ ITR ਔਰ ਬੈਲੈਂਸ। ਔਰ ਜੇ ਤੁਸੀਂ ਸਰਕਾਰੀ ਜੋਬ ਕਰਦੇ ਹੋ, ਤੁਸੀਂ ਮਿਲਟਰੀ 'ਚੋਂ, ਪੈਰਾਮਿਲਟਰੀ 'ਚ ਹੈਗੇ ਹੋ ਜਾਂ ਗੌਰਮੈਂਟ ਜੋਬ, ITR ਦੀ ਥਾਂ 'ਤੇ 16 ਨੰਬਰ ਫਾਰਮ ਵੀ ਜਿਹੜਾ ਹੈਗਾ ਉਹ ਚੱਲ ਜਾਂਦਾ ਹੈ। ਸੋ ਇਹਨਾਂ ਪੇਪਰਾਂ ਦੇ ਨਾਲ ਤੁਸੀਂ ਸ਼ੈਨੇਗਨ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਔਰ ਸ਼ੈਨੇਗਨ ਦਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵੀ ਦੱਸਾਂ ਕਿ ਪ੍ਰੋਸੈਸਿੰਗ ਟਾਈਮ ਬਹੁਤ ਫਾਸਟ ਹੈ। ਜਿਵੇਂ ਹੋਰ ਕੰਟਰੀਆਂ ਨੂੰ ਮਹੀਨਾ 2-2 ਮਹੀਨੇ ਲੱਗ ਜਾਂਦੇ ਨੇ, ਸ਼ੈਨੇਗਨ ਤੁਹਾਨੂੰ 7-8 ਦਿਨਾਂ 'ਚ ਰਿਜ਼ਲਟ ਜਿਹੜਾ ਹੈਗਾ ਉਹ ਦੇ ਦਿੰਦਾ ਹੈ। ਤੁਸੀਂ ਅੱਜ ਵੀਜ਼ਾ ਅਪਲਾਈ ਕਰਦੇ ਹੋ, ਮੈਕਸੀਮਮ 1-10 ਡੇਜ਼ ਦੇ ਵੀ ਤੁਹਾਡਾ ਰਿਜ਼ਲਟ ਜਿਹੜਾ ਹੈਗਾ ਆ ਜਾਂਦਾ ਹੈ। ਔਰ ਇਸ ਵੀਜ਼ੇ ਦੀ ਜਿਹੜੀ ਅਵਧੀ ਹੈਗੀ ਹੈ, 1 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਦੀ ਅਵਧੀ ਇਹਦੀ ਹੁੰਦੀ ਹੈ। ਸੋ ਐਂਟਰੀ ਮਲਟੀਪਲ ਐਂਟਰੀ ਹੁੰਦੀ ਹੈ, ਕਈ ਵਾਰੀ ਜੇ ਤੁਹਾਡੀ ਪ੍ਰੋਫਾਈਲ 'ਤੇ ਕੋਈ ਡਾਊਟ ਹੋਵੇ ਤਾਂ ਵੈਸੇ ਤੁਹਾਨੂੰ ਸਿੰਗਲ ਐਂਟਰੀ ਵੀਜ਼ਾ ਵੀ ਦੇ ਸਕਦੀ ਹੈਗੀ ਹੈ। ਔਰ ਜੇਕਰ ਤੁਹਾਡਾ ਇੱਕ ਵਾਰੀ ਵੀਜ਼ਾ ਸ਼ੈਨੇਗਨ ਦਾ ਲੱਗ ਜਾਂਦਾ ਹੈ, ਇਸ ਵੀਜ਼ੇ ਦੇ ਬਿਹਾਫ 'ਤੇ ਤੁਸੀਂ UK ਦਾ ਵੀਜ਼ਾ ਲੈ ਸਕਦੇ ਹੋ ਅਤੇ ਹੌਲੀ ਹੌਲੀ ਕਰਕੇ ਹੋਰ ਵੱਡੀਆਂ ਕੰਟਰੀਆਂ ਦਾ ਵੀਜ਼ਾ ਵੀ ਲੈ ਸਕਦੇ ਹੋ। ਸੋ ਸ਼ੈਨੇਗਨ ਈਜੀ ਟੂ ਅਪਰੋਚ ਹੈਗਾ, ਨੋਰਮਲ ਬੰਦਾ ਅਪਲਾਈ ਕਰ ਸਕਦਾ, ਨੋਰਮਲ ਪ੍ਰੋਫਾਈਲ ਦੇ ਨਾਲ ਅਪਲਾਈ ਕਰ ਸਕਦਾ। ਬਟ ਇਹਦੇ ਵਿੱਚ ਜਿਹੜੇ ਤੁਹਾਡੇ ਇੰਡੀਵਿਜੁਅਲ ਪੇਪਰ ਨੇ, ਇਹ ਤਾਂ ਹੈਗੇ ਹੀ ਨੇ। ਇਸ ਤੋਂ ਇਲਾਵਾ ਤੁਹਾਨੂੰ ਬੈਂਕ ਸਟੇਟਮੈਂਟ ਦੇ ਨਾਲ ਤੁਹਾਨੂੰ ਹੋਟਲ ਦੀ ਬੁਕਿੰਗ ਔਰ ਇੰਸ਼ੋਰੈਂਸ ਅਤੇ ਟਰੈਵਲ ਅਟੈਂਡਰੀ ਵੀ ਲਾਣੀ ਪੈਂਦੀ ਹੈਗੀ ਹੈ, ਕਿਉਂਕਿ ਇੰਸ਼ੋਰੈਂਸ ਔਰ ਹੋਟਲ ਬਿੰਗ ਤੋਂ ਬਿਨਾਂ ਵੀ ਅੰਬੈਸੀ ਤੁਹਾਡੀ ਫਾਈਲ ਨਹੀਂ ਪੜਦੀ। ਦੋਸਤੋ, ਉਮੀਦ ਕਰਦਾ ਮੇਰੇ ਦੁਆਰਾ ਦਿੱਤੀ ਹੋਈ ਜਾਣਕਾਰੀ ਤੁਸੀਂ ਸੰਤੁਸ਼ਟ ਹੋਵੋਗੇ। ਜੇ ਵੀਡੀਓ ਵਧੀਆ ਲੱਗ ਰਹੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ 'ਤੇ 3 ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਜਿਹੜੇ ਪਹਿਲੀ ਵਾਰੀ ਮੇਰੀ ਵੀਡੀਓ ਦੇਖ ਰਹੇ ਨੇ, ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਦਾ ਬਟਨ ਦਬਾਓ, ਇੰਸਟਾ 'ਤੇ ਫਾਲੋ ਕਰੋ, ਫੇਸਬੁੱਕ 'ਤੇ ਲਾਈਕ ਕਰੋ, ਲਿੰਕਡਇਨ 'ਤੇ, ਟਵਿੱਟਰ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ। ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।